ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਵੱਲੋਂ ਸ਼ਨੀਵਾਰ ਦਰ ਸ਼ਾਮ ਨੂੰ ਬਾਬਾ ਬਕਾਲਾ ਦੇ ਵਿੱਚ ਇੱਕ ਮਕਾਨ ਦੇ ਉੱਤੇ ਰੇਡ ਮਾਰੀ ਗਈ ਜਿੱਥੋਂ ਤਿੰਨ ਬੰਦਿਆਂ ਨੂੰ ਕਾਬੂ ਕੀਤਾ ਗਿਆ ਉਹਨਾਂ ਕੋਲੋਂ 105 ਕਿਲੋਗ੍ਰam ਹਿਰੋਇਨ 6 ਵਿਦੇਸ਼ੀ ਪਿਸਤੌਲ 31 ਕਿਲੋ ਤੋਂ ਵੱਧ ਕੈਫੀਨ ਐਨਹਾਈਡ੍ਰਕਸ 17 ਕਿਲੋ ਡਾਈ ਮੈਥਨਾਈਲ ਡਾਈ ਥੋਕਸੀ ਬੈਂਜ਼ਾਈਲ ਤੇ ਇਸ ਤੋਂ ਇਲਾਵਾ ਹੋਰ ਵੀ ਸਮਾਨ ਬਰਾਮਦ ਕੀਤਾ ਗਿਆ ਹੈ ਅੰਤਰਰਾਸ਼ਟਰੀ ਨਸ਼ਾ ਤਸਕਰ ਲਵਪ੍ਰੀਤ ਸਿੰਘ ਨਵਪੁੱਲਰ ਦੇ ਦੋ ਸਾਥੀ ਨਵਜੋਤ ਸਿੰਘ ਅਤੇ ਲਵਪ੍ਰੀਤ ਕੁਮਾਰ ਵੀ ਕਾਬੂ ਕੀਤੇ ਗਏ ਨੇ ਇਹਨਾਂ ਨੂੰ ਅੱਜ ਪੁਲਿਸ ਵੱਲੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਵੱਲੋਂ ਇਹਨਾਂ ਮੁਲਜ਼ਮਾਂ ਦਾ 3 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਇਸ ਹੋਰੋਇੰਦੀ ਕੀਮਤ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ 600 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ ਇਹਨਾਂ ਤਿੰਨਾਂ આરોપીਆਂ ਦੇ ਵਿੱਚ ਇੱਕ ਰਾਜਨੀਤਿਕ ਪਾਰਟੀ ਦੇ ਨਾਲ ਵੀ ਜੁੜਿਆ ਹੋਇਆ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਬਰਾਮਦਗੀ ਨੂੰ ਪੁਲਿਸ ਦੀ ਵੱਡੀ ਕਾਮਯਾਬੀ ਦੱਸਿਆ ਤੇ ਆਖਿਆ ਕਿ ਕਿਸ ਤਰ੍ਹਾਂ ਵਿਦੇਸ਼ਾਂ ਦੇ ਵਿੱਚੋਂ ਬੈ ਕੇ ਇੱਕ ਸਮਗਲਰ ਕੁਝ ਲੋਕਾਂ ਦੇ ਨਾਲ ਰਲ ਕੇ ਪੰਜਾਬ ਦੇ ਵਿੱਚ ਇੱਕ ਪੂਰਾ ਰੈਕਡ ਚਲਾ ਰਹੇ ਨੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਾਜਨੀਤਿਕ ਪਾਰਟੀ ਦੇ ਨਾਲ ਜੁੜੇ ਇੱਕ આરોપી ਤੇ ਉੱਤੇ ਪਿਛਲੇ ਕਈ ਦਿਨਾਂ ਤੋਂ ਪੁਲਿਸ ਨਜ਼ਰ ਰੱਖ ਰਹੀ ਸੀ ਕਿਉਂਕਿ ਪੁਲਿਸ ਨੂੰ ਪੂਰੀ ਇਨਪੁਟ ਮਿਲੀ ਸੀ ਕਿ ਇਸ ਦਾ ਸੰਬੰਧ ਪਾਕਿਸਤਾਨ ਦੇ ਵਿੱਚ ਬੈਠੇ ਕੁਝ ਸਮਗਲਰਾਂ ਦੇ ਨਾਲ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ heroin ਪਾਕਿਸਤਾਨ ਤੋਂ ਜੰਮੂ ਕਸ਼ਮੀਰ ਦੇ ਰਾਈ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਵਿੱਚ ਲਿਆਂਈ ਗਈ ਜਿਸ ਨੂੰ ਸੇਬਾਂ ਦੇ ਟਰੱਕ ਦੇ ਵਿੱਚ ਲੁਕਾ ਕੇ ਇੱਥੇ ਲਿਆਂਦਾ ਗਿਆ ਸੀ ਇਸ ਮੌਕੇ ਤੇ ਪੁਲਿਸ ਅਧਿਕਾਰੀ ਇਹਨਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕਰਨ ਵਾਸਤੇ ਲੈ ਆਏ ਸਨ ਜਿੱਥੇ ਇਹਨਾਂ ਦਾ 3 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਇਹ ਵੀ ਪਤਾ ਲੱਗਿਆ ਕਿ ਇਹਨਾਂ ਦੇ ਵਿੱਚੋਂ ਇੱਕ ਨੌਜਵਾਨ ਜਿਹੜਾ ਉਹ ਆਈਲੈਂਡ ਦੀ ਪੜ੍ਹਾਈ ਕਰ ਰਿਹਾ ਤੇ ਦੂਜਾ ਫੋਟੋਗ੍ਰਾਫੀ ਕਰਦਾ ਸੀ ਇਹਨਾਂ ਦੇ ਵਿਦੇਸ਼ਾਂ ਦੇ ਵਿੱਚ ਬੈਠੇ ਸਮਗਰਾਂ ਦੇ ਨਾਲ ਸੰਬੰਧ ਨੇ ਤੇ ਕੁਝ ਮਹੀਨਾ ਪਹਿਲਾਂ ਇਹਨਾਂ ਨੇ ਟਵਾ ਟਵਾਈ ਦਾ ਕੰਮ ਸ਼ੁਰੂ ਕੀਤਾ ਸੀ ਇਹ ਹਿਰੋਇਨ ਇਹਨਾਂ ਨੇ ਕਿੱਥੇ ਸਪਲਾਈ ਕਰਨੀ ਸੀ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਅੱਜ ਪੰਜਾਬ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਕਿ ਇੱਕ ਇੰਟੈਲੀਜੈਂਸ ਲੈਡ ਆਪਰੇਸ਼ਨ ਦੇ ਵਿੱਚ 105 ਕਿਲੋ ਹਿਰੋਇਨ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਅੰਮ੍ਰਿਤਸਰ ਨੇ ਰਿਕਵਰ ਕੀਤੀ ਹੈ ਇਹ ਪਿਛਲੇ ਹਾਲ ਦੇ ਦਿਨਾਂ ਦੇ ਵਿੱਚ ਸਭ ਤੋਂ ਵੱਡੀ ਹਿਰੋਇਨ ਦੀ ਰਿਕਵਰੀ ਹੈਗੀ ਤੋ ਇਸ ਦੇ ਤਾਰ ਜਿਹੜੇ ਹੈਗੇ 터ਕੀ ਬੇਸਡ ਨਾਰਕੋਟਿਕ ਸਮਗਲਰ ਨਫਰੀਦ ਸਿੰਘ ਉਰਫ ਨੌਪੁੱਲਰ ਨਾਲ ਜੁੜੇ ਹੈਗੇ ਤੇ ਉਸ ਦਾ ਜਿਹੜਾ ਡਰਗ ਕਾਰਟਨ ਸੀਗਾ ਉਸ ਨੇ ਇੰਡੀਆ ਦੇ ਵਿੱਚ ਫਰੋਮ ਪਾਕਿਸਤਾਨ ਇਹ ਹਿਰੋਇਨ ਸਮਗਲ ਕੀਤੀ ਸੀਗੀ ਇਸ ਕੇਸ ਦੇ ਵਿੱਚ ਦੋ ਜਿਹੜੇ ਹੈਗੇ ਅਕਿਊਜ਼ ਗ੍ਰਿਫਤਾਰ ਕੀਤੇ ਗਏ ਹੈਗੇ ਨਵਜੋਤ ਸਿੰਘ ਅਤੇ ਲਵਪ੍ਰੀਤ ਕੁਮਾਰ ਤੇ ਐਫ ਆਈ ਆਰ ਦਰਜ ਕਰਕੇ ਫਾਰਵਰਡ ਤੇ ਬੈਕਵਰਡ ਲਿੰਕੇਜ ਐਕਸਪਲੋਰ ਕੀਤੇ ਜਾ ਰਹੇ ਹੈਗੇ ਸੋ ਇਸ ਨੂੰ ਅੱਗੇ ਪੂਰੀ ਤਰ੍ਹਾਂ ਸਿਰੇ ਤੇ ਲੈ ਜਾ ਕੇ ਇਸ ਦੀ ਇਨਡੈਪਟ ਇਨਵੈਸਟੀਗੇਸ਼ਨ ਕੀਤੀ ਜਾਊਗੀ ਸਰ ਕਿੱਥੋਂ ਦੇ ਰਹਿਣ ਵਾਲੇ ਜੀ ਇਹ ਨਮਜੋਤ ਸਿੰਘ ਜਿਹੜਾ ਬਾਬੇ ਬਕਾਲੇ ਦਾ ਰਹਿਣ ਵਾਲਾ ਹੀ ਤੇ ਜਿਹੜਾ ਲਬਰੀਦ ਆ ਕਾਲਾ ਸੰਘਿਆ ਪਿੰਡ ਆ ਜਲੰਧਰ ਚ ਉੱਥੋਂ ਦਾ ਰਹਿਣ ਵਾਲਾ ਹੀ ਤੀਜਾ ਦੋਸ਼ੀ ਕਿਹੜਾ ਹੈ ਤੀਜਾ ਦੋਸ਼ੀ ਜਿਹੜਾ ਵਾ ਉਹਦੀ ਗ੍ਰਿਫਤਾਰੀ ਨਹੀਂ ਹੋ ਸਕੀ ਅਜੇ ਇਹ ਉਹ ਚੱਲ ਰਿਹਾ ਜੀ ਠੀਕ ਹੈ ਹਾਂਜੀ ਠੀਕ